Oh,
सारी संगत बोलो बाबी हजर श्री बेकुंठला मियां साहब जी सारी संगत बोलो हजर शेख बाबी बेकुंठला मियां साहब आपू दी सारी संगत बोलो 11वीं वाली सरकार दी सदा ही जय सारी संगत बोलो ख्वाजा वली दी 11वीं वाली गोसपास सदा ही जय सारी संगत बोलो धरती माता दी सदा ही जय सारी संगत बोलो अपने अपने माता पिता दी सदा ही जय सारी संगत बोलो नगर खेड़े दी सदा ही जय सारी संगत बोलो नौ नाथ 84 शहीदां दी सदा ही जय सारी संगत बोलो 52 पीरां दी सदा ही जय सारी संगत बोलो 41 मलंगां दी सदा ही जय सारी संगत बोलो 9 देवियां दी सदा ही जय सारी संगत बोलो माता भागो जिननी दी सदा ही जय सारी संगत बोलो बाबे वाल्मीकि ऋषि दी सदा ही जय सारी संगत बोलो गुरु रामदास भगत दी सदा ही जय सारी संगत बोलो 10 गुरुआं दी सदा ही जय सारी संगत बोलो 10वें पातशाह गुरु वाजां वाले दी सदा ही जय सारी संगत बोलो गुरु बाबा गुरु नानक देव दी सदा ही जय सारी संगत बोलो अपने अपने गुरु पीर दी सदा ही जय सारी संगत बोलो बापू कोरे दी सदा ही जय सारी संगत बोलो बापू करम सिंह दी सदा ही जय सारी संगत बोलो माता मसानी रानी दी सदा ही जय सारी संगत बोलो माता मदानन रानी दी सदा ही जय सारी संगत बोलो गुरगावां वाली माता सीता माई सदा ही जय सारी संगत बोलो माता भागो जिननी दी सदा ही जय बाबे दे दरबार दा हुक्म कहिंदा कहना फकीर दा सौदा ही तकदीर दा बोल मेरे पीरां दे सौदे हुंदे ने तकदीरां दे ਧੰਨਵਾਦ ਬਾਬਾ ਧੰਨ ਬੋਲ ਮੇਰੇ ਪੀਰਾਂ ਦੇ ਸੌਦੇ ਹੁੰਦੇ ਨੇ ਤਕਦੀਰਾਂ ਦੇ ਬਾਬਾ ਕਹਿੰਦਾ ਬੋਲ ਮੇਰੇ ਪੀਰਾਂ ਦੇ ਹੈ ਸੌਦੇ ਤਕਦੀਰਾਂ ਦੇ ਧੰਨਵਾਦ ਧੰਨ ਸਭ ਬਾਬੇ ਦਰਬਾਰ ਦਾ ਹੁਕਮ ਹੈ ਬਾਬਾ ਕਹਿੰਦਾ ਸੇਵਾਦਾਰਾ ਚੌਂਕੀ ਵਾਲਿਆਂ ਦੀ ਚੌਂਕੀ ਮਨਜ਼ੂਰ ਤੇ ਸੁੱਖ ਵਾਲਿਆਂ ਦੀ ਸੁੱਖ ਕਬੂਲ ਅੱਜ ਦਾ ਤੁਹਾਡਾ ਭੰਡਾਰਾ ਕਬੂਲ ਹੈ ਭਾਈ ਧੰਨਵਾਦ ਜੋ ਤੁਹਾਡੇ ਤੰਦ ਫੁੱਲ ਦਰਬਾਰ ਦੇ ਉੱਤੇ ਚੜ੍ਹਿਆ ਬਾਬੇ ਦਰਬਾਰ ਤੇ ਲੱਗ ਗਿਆ ਬਾਬਾ ਕਹਿੰਦਾ 9 ਨਿਹਦਾ 13 ਸਿਧਾਂ 10 ਗੁਣਾ ਇੱਥੇ ਤੇ 70 ਗੁਣਾ ਅੱਲਾਹ ਤਾਲਾ ਦੀ ਦਰਗਾਹ 'ਚ ਲਿਖਿਆ ਗਿਆ ਧੰਨਵਾਦ ਜਿਨ੍ਹਾਂ ਦੀ ਸੇਵਾਦਾਰਾਂ ਦੀ ਕੋਈ ਆਸਾਂ ਮੁਰਾਦਾਂ ਪੂਰੀਆਂ ਹੋਈਆਂ ਉਹਨਾਂ ਦੇ ਭਾਈ ਦਰਗਾਹ ਦੇ ਵਿੱਚ ਅੱਲਾਹ ਤਾਲਾ ਦੀ ਹਜ਼ੂਰ ਹਾਜ਼ਰੀ ਦੇ ਵਿੱਚ ਲਿਖੀ ਗਈ ਧੰਨਵਾਦ ਅੱਜ ਦਾ ਦੀਵਾਨ ਸਾਜੀਆਂ ਦਾ ਸਾਜ ਅਤੇ ਸੇਵਾ ਵਾਲਿਆਂ ਦੀ ਸੇਵਾ ਬਾਬਾ ਕਹਿੰਦਾ ਤੁਹਾਡੀ ਬਾਬੇ ਨੇ ਕਬੂਲ ਕਰ ਲਈ ਹੈ ਭਾਈ ਧੰਨਵਾਦ ਧੰਨ ਕੋਈ ਬਾਬੇ ਨਾਨਕ ਜੀ ਦੇ ਦਰਗਾਹ 'ਚ ਲਿਖੀ ਗਈ ਧੰਨਵਾਦ ਬਾਬੇ ਦਰਬਾਰ ਦਾ ਹੁਕਮ ਹੈ ਬਾਬਾ ਕਹਿੰਦਾ ਸੁੱਖ ਵੀ ਕਬੂਲ ਹੈ ਤੇ ਦੁੱਖ ਵੀ ਕਬੂਲ ਹੈ ਧੰਨਵਾਦ ਸੁੱਖ ਵੀ ਕਬੂਲ ਹੈ ਤੇ ਦੁੱਖ ਵੀ ਕਬੂਲ ਹੈ ਤੇ ਬਾਬਾ ਕਹਿੰਦਾ ਵਾਸਤਾ ਏ ਨਬੀ ਰਸੂਲ ਦਾ ਵਾਸਤਾ ਏ ਨਬੀ ਰਸੂਲ ਦਾ ਮੇਰੀਆਂ ਚਾਰ ਗੱਲਾਂ ਯਾਦ ਰੱਖ ਠੀਕ ਹੈ ਵਾਸਤਾ ਏ ਨਬੀ ਰਸੂਲ ਦਾ ਕਹਿੰਦਾ ਮੇਰੀਆਂ ਚਾਰ ਗੱਲਾਂ ਯਾਦ ਰੱਖਿਓ ਇੱਕ ਤਾਂ ਚੁੱਪ ਦਾ ਦਾਨ ਬਖਸ਼ੋ ਪਹਿਲਾ ਦੂਜਾ ਨੰਬਰ ਕਿਸੇ ਨੇ ਰਸਤਾ ਨਹੀਂ ਰੋਕਣਾ ਤੀਜਾ ਨੰਬਰ ਹੈ ਜੇ ਕੋਈ ਗੱਲਬਾਤ ਕਰਨੀ ਹੈ ਕੋਈ ਜ਼ਰੂਰੀ ਗੱਲਬਾਤ ਹੈਗੀ ਹੈ ਤਾਂ ਬਾਹਰ ਜਾ ਕੇ ਕਰ ਲਿਓ ਬਾਈ ਠੀਕ ਹੈ ਕੋਈ ਜ਼ਰੂਰੀ ਗੱਲਬਾਤ ਹੁੰਦੀ ਹੈ ਐਮਰਜੈਂਸੀ ਹੁੰਦੀ ਹੈ ਬਾਹਰ ਜਾ ਕੇ ਕਰ ਲਿਓ ਚੌਥਾ ਹੁਕਮ ਹੈ ਜਿਹੜਾ ਠੀਕ ਹੈ ਜੇ ਤਾਂ ਮੇਰੀ ਆਵਾਜ਼ ਪਹੁੰਚ ਜੇ ਸਿਰੇ ਤੱਕ ਤਾਂ ਭਾਈ ਜਿਵੇਂ ਆਏ ਆਪਾਂ ਘਰੋਂ ਚੱਪਲਾਂ ਜੋੜੀ ਜੁੱਤੀ ਜਿਹੜੀ ਦੇਖ ਕੇ ਪਾ ਕੇ ਦੇਖ ਕੇ ਜਾਓ ਠੀਕ ਹੈ ਗੁਲਮ ਲੈ ਕੇ ਕਿਸੇ ਦੀ ਨਾ ਲੈ ਜਾਓ ਚੌਥਾ ਹੁਕਮ ਇਹ ਹੈ ਬਾਬੇ ਦੇ ਦਰਬਾਰ ਦਾ ਆਪਾਂ ਇੱਥੇ ਦੁੱਖ ਕਟਾਉਣ ਆਏ ਹਾਂ ਲੈਣ ਨਹੀਂ ਆਏ ਆਪਾਂ ਇੱਥੇ ਦੁੱਖ ਕਟਾਉਣ ਆਏ ਹਾਂ ਲੈਣ ਨਹੀਂ ਆਏ ਠੀਕ ਹੈ ਆਪਾਂ ਦੇਣੇ ਦੇ ਪੈਰਾ ਗਣੀ ਇਹ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਜਾਣ ਕੇ ਚੱਕ ਕੇ ਦੇਖ ਪਾ ਕੇ ਲੈ ਕੇ ਨਵੇਂ ਦੇਖ ਕੇ ਪਰ ਭੁਲੇਖੇ ਜਾ ਵੜਦੇ ਆ ਤੇ ਉਹ ਭੁਲੇਖਾ ਭੁਲੇਖਾ ਹੀ ਰਹਿ ਜਾਂਦਾ ਭੁਲੇਖਾ ਭੁਲੇਖਾ ਹੀ ਰਹਿ ਜਾਂਦਾ ਸਾਈਆਂ ਦਾ ਕਹਿਣਾ ਸਾਧੂ ਬੋਲੇ ਸਹਿ ਸੁਭਾ ਸਾਧੂ ਕਾ ਬੋਲਿਆ ਫਿਰ ਥਾਂ ਨਾ ਜਾ ਸਮਝੇ ਬਾਬੇ ਦਰਬਾਰ ਦਾ ਹੁਕਮ ਹੈ ਭਾਈ ਅੱਜ ਦਾ ਤੁਹਾਡਾ ਦੀਵਾਨ ਕਬੂਲ ਹੈ ਤੇ ਭੰਡਾਰਾ ਤੁਹਾਡਾ ਕਬੂਲ ਹੈ ਭਾਈ ਧੰਨਵਾਦ ਸੇਵਾ ਵਾਲਿਆਂ ਦੀ ਸੇਵਾ ਕਬੂਲ ਹੈ ਸਾਜੀਆਂ ਨਮਾਜ਼ੀਆਂ ਦਾ ਸਾਜ ਕਬੂਲ ਹੈ ਕਿ ਗਹਿਕੀਆਂ ਦੀ ਗਹਿਕੀ ਕਬੂਲ ਹੈ ਧੰਨਵਾਦ ਤਾਨਾ ਕਹਿੰਦਾ ਪੀਰ ਜਿਨ੍ਹਾਂ ਨੇ ਬਣਾ ਦੇ ਚੇਲੇ ਪਾ ਦੀਆਂ ਕੰਨਾਂ ਦੇ ਵਿੱਚ ਮੁੰਦਰਾਂ ਚੀਰ ਕੇ ਤੇ ਕਹਿੰਦਾ ਦਰਦਰ ਅਲਖ ਜਗਾ ਤੇ ਜਾ ਓਏ ਬੱਕਰਾ ਮੰਗ ਕੇ ਖਾ ਇਹ ਮੰਗ ਕੇ ਖਾਣਾ ਹੈਗਾ ਇਹ ਬਹੁਤ ਔਖਾ ਜੋ ਕਮਾਉਣਾ ਠੀਕ ਹੈ ਕਹਿ ਦੇਣਾ ਸਿਰ ਮਾਰਦਾ ਠੀਕ ਹੈ ਸਿਰ ਮਾਰਦਾ ਸਿਰ ਮਾਰਨਾ ਬਹੁਤ ਔਖਾ ਕਹਿ ਦੇਣਾ ਸੌਖਾ ਵੀਰ ਜੀ ਠੀਕ ਹੈ ਜੀ ਕਹਿ ਬਾਬਾ ਕੀ ਕਹਿੰਦਾ ਬਾਬਾ ਪੀਰ ਲੱਖਾਂ ਦਾ ਦਾਤਾ ਮੈਂ ਕਿੱਥੇ ਰੱਖ ਲੈ ਹੁਣ ਮੇਰਾ ਪੀਰ ਨੇ ਮੇਰਾ ਸੀ ਦੋਵੇਂ ਖੜੇ ਸੀ ਜਾ ਭਾਗ ਰਾ ਪਰ ਹਲੇ ਖੜੇ ਸੀ
बाबे दरबार का ऐसा हुक्म आया, बाबा कहिंदा कोई सेवादार हुक्म लैके दरबार से आसा ते मुराद लैके कोई ये रिश्ते दे बाबत काना है, रिश्ते दे बाबत काना है, संजोगां दे बाबत काना है, संजोग जुड़ते ना होण, संजोग दे विच कोई विघन विधि विघान बनता हो, इस तरह का दरबार के उत्ते हुक्म आया ये किसी मर्द दे काना ते है काना। बाबा कहिंदा रिश्ते दे संजोग जुड़ते ना होण, मर्द दे काना, जे किसी ने हुक्म लेना होवे हुक्म ले सकता है, जो हुक्म पीर दे दरबार चो आया उ मिलूगा, मन की बना गल नहीं छड़दे। रिश्ते दे काना मर्द दे काना, जे किसी ने कण पाए है तो हुक्म ले सकता है, जा कोई कण पा के चलिया गया आसा रख गया तो दादा ओदियां मन दियां मुरादां आसा जरूर पूरियां करूगा, तो जे हैगा तो हाजिर हो जी। अगला कण ऐसे तरह ही फिर कोई मेरी माँ कण पाउंदी है धी दे देही शरीर दी बाबत, शरीर ठीक ना रहिंदा होवे किसी माँ ने कण लैके आंदे है मेरी ने ते लियांदे आ धी दे देही दे शरीर दी बाबत, जे इस तरह के कण पाए है तो हाजिर हो जाओ माता, ये कण माँ धी दे शरीर दे बाबत है, है एक जना ज्यादा ही मैं कहला जी मैं बोल पवा माता नेड़े आ जाओ इत्थे माता एक मिनट मैनू सवाल नहीं फिर तो मैं तो दसता मैं पीर तो पुछ के दसूंगा गल कोले खड़ जा मेरे कोई गल नहीं। बाबा माता ये काना मां तेरी धी दे शरीर दी बाबत है, शरीर लड़की का सही नहीं रहिंदा लड़की दे बाबत काना जी, हाँ जी लड़की दे उत्ते दुख तकलीफ बनता है, है? मैक च कढ़ा क्यों रखता कण थले मैक है, हाँ जी बाबा कहिंदा शरीर ठीक नहीं रहिंदा पैर दी उंगली तो लैके सिर दी चोटी तक तोड़ा खोही, ठीक है लड़की नाल आई है व्याही है, फिर लड़की नाल लियांदे हुण आपां नूं की पता लगूगा जिहड़ी उहदे नाल बीतदी है, मेरे सामने खड़ी होंदी गल दा पता लगदा। माता कुछ भी हो जाए मेरी गल सुन लो, मैं नहीं तेरी गल नहीं सुनता, मैं बैग जी रौला पाई जाना, ठीक है। बाबा कहिंदा देही दी शरीर दी बाबत काना तां हुक्म लई, जे औलाद दी बाबत काना है ठीक है, बाबा कहिंदा ये बच्चा है नहीं है तू शरीर दी बाबत काना हुक्म लाया, ठीक है। बाबे ने पिछों आवाज दी कहिंदा ये औलाद है नहीं, बाबा ये तो गल कूडी जा बढ़ गई है, मैं तो दिल्ली खड़ा है तू जलंधर खड़ी जी, माता माता मैंने ये दसो वो औलाद हैगी है, साल के ब्याह नू होया ठीक है, साल हो गया बच्चा तो नहीं हुआ ना ठीक है, मैं दवाई ले ली बूटी ले ली, माता तू पुछ उन्हें शरीर की लैनी है ये नाल कोई पैसा ना बंदा है, है जे तो कोई हैगा मैं पुछ पूरी करदा जी, गलत गल है जी जो कोई गल देने वाला ही गल मूहरे है नहीं, ठीक है हुक्म बिच ही बच्चे का बिच ही शरीर का। माता इतों का पूछ दी उतों का पूछना है, yeah।
ਸਾਡਾ ਇਹ ਲੜਕਾ ਠੀਕ ਹੈ ਇਹ ਕੋਈ ਮੇਲਾ ਸੀ ਹਾਂ ਮੱਗੇ ਵਾਲਾ ਦਿਨ ਸੀ ਬਾਬਾ ਜੀ ਮੇਲਾ ਸੀ ਕੋਈ ਹਾਂ ਜੀ ਮੇਲੇ ਤੇ ਗਿਆ ਸੀ ਕੋਈ ਘਰੋਂ ਬਸ ਭੱਜ ਗਿਆ ਤੇ ਪਿਓ ਨੇ ਮੰਗਦਾ ਸੀ ਇੱਥੇ ਆਉਂਦਾ ਸੀ ਨਾ ਪਿਓ ਰੋਟੀ ਖਵਾਉਣਾ ਬਾਬਾ ਜੀ ਮੈਂ ਤੁਹਾਨੂੰ ਇੱਕ ਹੀ ਦਿਨ ਪੁੱਛਦਾ ਬਾਲੀ ਗੱਲ ਨਹੀਂ ਮੈਂ ਕਰਦਾ ਮੇਲੇ ਵਾਲੇ ਦਿਨ ਮੇਲਾ ਸੀ ਹਾਂਜੀ ਹਾਂਜੀ ਮੇਲਾ ਸੀ ਠੀਕ ਹੈ ਗੱਲ ਬੜੀ ਲੱਖਾਂ ਰੁਪਈਆਂ ਦੀ ਹੈ ਜੇ ਕਿਸੇ ਦਾ ਅੱਜ ਪੁੱਤ ਕਮਲਾ ਹੈ ਚਾਹੇ ਭੋਲਾ ਹੈ ਜੇ ਮਿਲ ਜੇ ਚੋਰ ਦੇ ਵਰਗੀ ਦੇਸ ਨਹੀਂ ਕਿਉਂ ਬਾਬਾ ਜੀ ਠੀਕ ਹੈ ਬਾਬਾ ਕਹਿੰਦਾ ਇੱਕ ਹੀ ਸੀ ਸਮਝੇ ਇੱਕ ਸੀ ਉਹ ਜਿਹਦੇ ਪਿੱਛੇ ਉਹ ਤੁਰੇ ਫਿਰਦੇ ਰਹੇ ਭਾ ਦੇ ਅਖਬਾਰਾਂ ਵੀ ਕਢਾ ਦੀਆਂ ਸਮਝ ਗਏ ਸਾਰੇ ਅੰਮ੍ਰਿਤਸਰ ਸੂਰਤਗੜ ਸਭ ਗਾਲੇ ਬਾਬਾ ਕਹਿੰਦਾ ਸਮਝੇ ਪਰ ਇਹ ਮੇਲੇ ਵਾਲੇ ਦਿਨ ਗਿਆ ਸਮਝੇ ਤੇ ਬਾਬਾ ਕਹਿੰਦਾ ਉਹ ਇੱਥੇ ਆ ਵੀ ਜਾਂਦਾ ਸੀ ਤੇ ਪੁੱਠਾ ਵੀ ਮੁੜ ਜਾਂਦਾ ਸੀ ਸਮਝੇ ਆ ਵੀ ਜਾਂਦਾ ਸੀ ਪੁੱਠਾ ਵੀ ਮੁੜ ਜਾਂਦਾ ਸੀਗਾ ਪਰ ਉਸ ਦਿਨ ਕੁਦਰਤ ਦੀ ਐਸੀ ਖੇਡ ਖੇਡੀ ਪਤਾ ਨਹੀਂ ਕਿਹੜੀ ਬੱਸ ਚੜ ਗਿਆ ਸਮਝੇ ਇਹ ਜਿਹੜਾ ਕੋਈ ਪਰਿਵਾਰ ਹੈ ਜਿਹੜਾ ਕੋਈ ਪਰਿਵਾਰ ਮਾਤਾ ਹੈਗਾ ਜਿਹਦੀ ਤੂੰ ਗੱਲਬਾਤ ਕਰੀ ਜਾਂਦੀ ਆ ਹੁਣ ਇਹ ਸ਼ਹਿਰ ਮਲੋਟ ਦੇ ਵਿੱਚ ਬੈਠੇ ਆ ਮਾਤਾ ਮੈਂ ਤੁਹਾਨੂੰ ਇਹਨਾਂ ਨੇ ਪੁੱਛਿਆ ਜਿਹੜਾ ਕੋਈ ਪਰਿਵਾਰ ਹੈਗਾ ਇਹ ਸ਼ਹਿਰ ਮਲੋਟ ਦੇ ਵਿੱਚ ਬੈਠੇ ਆ ਉੱਥੇ ਬੈਠੇ ਆ ਇਹ ਘਰ ਛੱਡ ਕੇ ਇੱਥੋਂ ਛੱਡ ਗਏ ਵੱਸਦੇ ਤਾਂ ਨਹੀਂ ਜਾਂਦੇ ਰਹੇ ਨਾ ਉਦੋਂ ਬਾਅਦ ਹੀ ਗਏ ਆ ਉੱਥੋਂ ਗਏ ਆ ਉੱਥੋਂ ਗਏ ਆ ਇਹ ਜਿਹੜਾ ਸ਼ਹਿਰ ਮਲੋਟ ਦੇ ਵਿੱਚੋਂ ਇੱਥੇ ਆਉਂਦਾ ਸੀ ਤੇ ਮਾਘੀ ਦਾ ਦਿਨ ਸੀ ਨਹੀਂ ਮਿਲਿਆ ਠੀਕ ਆ ਬਾਬੇ ਨੇ ਪਹਿਲਾਂ ਤਾਂ ਮੈਂ ਦੇਖਿਆ ਪੁੱਛਿਆ ਬਾਬੇ ਤੋਂ ਬਾਬਾ ਕਹਿੰਦਾ ਮਾਘੀ ਦਾ ਦਿਨ ਸੀ ਪੀਰ ਕਹਿੰਦਾ ਮੈਨੂੰ ਠੀਕ ਹੈ ਹੁਣ ਮੈਂ ਦੇਖ ਲੈਣਾ ਕਿਹੜੀ ਨਗਰੀ ਚ ਜੇ ਦੁਨੀਆਂ ਦੇ ਕਿਤੇ ਮੈਨੂੰ ਪੈੜ ਮਿਲ ਗਈ ਮੇਰਾ ਪੀਰ ਕਹਿੰਦਾ ਫੇਰ ਵੀ ਮੈਂ ਛੱਡਦਾ ਤੋੜਦੇ ਹੋਏ ਕਾਰਨਾਂ ਕਿਤੇ ਫਿਰ ਜੇ ਕਲਕੱਤੇ ਦੇ ਵਿੱਚ ਛੋਟੀ ਨੀ ਉਹ ਸੁਖ ਰੁਪਈਆ ਵੱਡੀ ਵੱਡੀ ਲੈਂਦੀ ਹੈ ਕਾਲੀ ਮੇਰੀ ਮਾਂ ਕੱਲੇ ਕੱਲੇ ਵਿੱਚ ਰਹਿੰਦੀ ਹੈ ਮਾਤਾ ਇਸ ਦੁਨੀਆਂ ਦੇ ਉੱਤੇ ਚਾਰ ਕੋਣਿਆਂ ਦੇ ਵਿੱਚ ਮੈਨੂੰ ਉਹਦੀ ਪੈੜ ਨਹੀਂ ਮਿਲੀ ਠੀਕ ਹੈ ਇਸ ਚਾਰ ਕੋਣਿਆਂ ਦੇ ਵਿੱਚ ਮੈਨੂੰ ਪੈੜ ਨਹੀਂ ਮਿਲੀ ਮੈਨੂੰ 15-14 ਸਾਲ ਹੋ ਚੱਲੇ ਆ ਹੋ ਗਏ ਹੋਣੇ ਇੰਨੇ ਪੰਜ ਨੀ ਮਾਤਾ ਨਾ ਪੰਜ ਹੈ ਨਾ ਸੱਤ ਹੈ ਸਮਝੀ 10 ਸਾਲਾਂ ਦੇ ਨੇੜ ਹੈ ਜਿਹੜੀ ਗੱਲ ਹੈਗੀ ਹੈ ਸਮਝ ਗਈ ਪਰ ਦਾਤਾ ਕਹਿੰਦਾ ਇਹ ਲੜਕਾ ਸਮਝ ਗਈ ਦਿਮਾਗੀ ਬੁੱਧੀ ਦੇ ਨਾਲ ਠੀਕ ਹੈ ਬੋਲਦਾ ਨਹੀਂ ਸੀ ਸੁਣ
दिमागों का सारा सीगा बोलता नहीं सी कन्ना तू सुनता सी माड़ा मोटा सुनता सी पूरा जैसली करता सीगा ते बाबा कहिंदा नेड़े नेड़े मैनू नहीं दिसिया समझ गई हाँ मैनू पानी पानी दिखाया बाबे ने ठीक है दादी माँ ने मैनू पानी पानी दिखाया समझ गई पर बाबा कहिंदा ये मैं वादा नहीं करता थोड़े नाल पक्का ठीक है वादा नहीं करता पर बाबा कहिंदा इन्होंने अखबारों च कढ़ा लिया होके मरा ले पिंडों पिंड जावड़े शहरों जा गुरुद्वार जा गा के जामा कुछ भी नहीं हाँ जी समझिए सब कुछ देखा पर बाबा कहता जिन्हों का भाई भाई जाए भाई पिछले उन्होंने दुख तो होता ही है ठीक है मता ये बजोग की गल है कि बाबा कहता मैं पानी पानी दिसिया समझिए मता मैं तुम्हें कहता पानी पानी दिसदा मैनू ये लड़का पानी के डुब गया ठीक है जी हाँ हो नहीं सकता मता हो हाँ समझिए समझिए ये पानी के डुबण के कारण समझिए जिस टाइम ये चीज़ निकली है उस टाइम उसके शरीर के उत्ते पछाण भी नहीं सी समझिए शायद वह चीज़ को जो पछाण च हों तो थोड़ा अखबारों से कढ़वाया से वार्निंग हो जाती चाहे पुलिस दे दी चाहे कोई भी दे दी समझिए ये गल का कहते हुए बाबा कहता ये मैं नहीं कह सकता भी लड़का नहीं मिलता जी ठीक है जी नहीं मिलता मालक दे राजी रखे जिथे भी रखे उन मालक तंदरुखियां बख्शे ठीक है जी हाँ जी सारी संगत बोलो लखां दे दाते पीर दी सारी संगत बोलो हजर शेर बाग मलेरकोटले मियाँ साहब दी सारी संगत बोलो गद्दी वाले बजुर्गों दी सारी संगत बोलो बाबे बकोरे दी सारी संगत बोलो बापू करम सिंह दी सारी संगत बोलो नगर खेड़े दी सारी संगत बोलो नसाजियां नवाजियां दी सारी संगत बोलो हाजरी कुरबान करे मेरा तंदरुखशियां बख्शे पीर पाशाह नगर खेड़े तंदरुखशियां बख्शे हर साल इस तरह मेले लगते रहन सुखां पूरियां होंदियां रहन मन दियां मुरादां आसियां पूरियां होण घर वालियां नूं दिन दुगना रात चौगनी होवे घर के खुशियां होन ते चिराग टहकते रहन बाबा कहिंदा ते मेले लगते रहन ते रोगियां दे कोड़ कटते रहन बाबा कहिंदा रोंदे आउण ते हसदे जाण सदा खुशियां माण सलाम दिलवा दे।